ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਪਿੰਡ ਰੋੜਕਾ ਤੋਂ ਆਏ ਜੀ। ਰੋੜਕਾ ਪਿੰਡ, ਇਹ ਜਿਹੜਾ ਡੇਲੋ ਲੱਗ ਗਿਆ? ਹਾਂਜੀ। ਅਤੇ ਆਪ ਜੀ ਇੱਥੇ ਹਾਜ਼ਰੀਆਂ ਭਰਨ ਆਉਂਦੇ? ਹਾਂਜੀ। ਆਪ ਜੀ ਦੀ ਕਹਿੰਦੀ ਹਾਜ਼ਰੀਆਂ ਬਾਈ ਜੀ? ਅੱਜ ਛੇਵੀਂ ਸੀਗੀ ਜੀ। ਛੇਵੀਂ ਹਾਜ਼ਰੀ ਆ? ਹਾਂਜੀ। ਅਤੇ ਕੰਟੀਨਿਊ ਜਾ ਰਹੇ ਹੋ? ਹਾਂਜੀ। ਅਤੇ ਇੱਥੇ ਗੁਰਦੁਆਰਾ ਸਾਹਿਬ ਵੱਲੋਂ ਭਾਈ ਕੋਈ ਮਤਲਬ ਰਹਿਣ ਬਹਿਣ ਦੇ ਜਾਂ ਕੋਈ ਹੋਰ ਕੋਈ ਪ੍ਰਬੰਧਕ ਕਮੀ? ਨਹੀਂ, ਬਹੁਤ ਵਧੀਆ ਪ੍ਰਬੰਧ ਆ ਜੀ, ਰਹਿਣ ਸਹਿਣ ਦਾ ਸਾਰਾ ਪੂਰਾ ਵਧੀਆ ਪ੍ਰਬੰਧ ਆ। ਕੋਈ ਲੰਗਰ ਪਾਣੀ ਦੀ? ਨਹੀਂ ਜੀ, ਬਿਲਕੁਲ ਨਹੀਂ, ਬਹੁਤ ਵਧੀਆ ਪ੍ਰਬੰਧ ਆ ਜੀ। ਅਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇੱਥੋਂ ਤੁਸੀਂ? ਸੰਗਤਾਂ ਨੂੰ ਅਸੀਂ ਜੀ ਕਹਿੰਦੇ ਹਾਂ ਵੀ ਜਿਹੜੀ ਵੀ ਮਨੋਕਾਮਨਾ ਇੱਥੇ ਆਪਣੀ ਲੈ ਕੇ ਆਉਂਦੇ ਹੋ ਪੂਰੀ ਹੁੰਦੀ ਆ, ਜੋ ਵੀ ਆ ਮਤਲਬ ਇੱਥੇ ਆਓ, ਜੇ ਕਿਸੇ ਦਾ ਕੋਈ ਵੀ ਦੁੱਖ ਤਕਲੀਫ ਆ ਸਾਰੀ ਦੂਰ ਹੁੰਦੀ ਹੈ ਜੀ। ਤੁਸੀਂ ਆਪ ਜੀ ਕਿੰਨਾ ਕੁ ਚਿਰ ਤੋਂ ਜੁੜੇ ਹੋ? ਸਾਨੂੰ ਹੋ ਗਏ 2 ਮਹੀਨੇ ਗੇੜ। ਠੀਕ ਆ। ਹਾਂਜੀ। ਤੁਹਾਨੂੰ ਪਤਾ ਕਿਵੇਂ ਲੱਗਿਆ ਇੱਥੇ ਦਾ? ਇਤਿਹਾਸ ਬਾਰੇ ਪੜ੍ਹਿਆ ਸੀਗਾ ਜੀ, ਅਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਆਪਣੀ ਜੋ ਵੀ ਮਨੋਕਾਮਨਾ ਹੁੰਦੀ ਆ ਇੱਥੇ ਪੂਰੀ ਹੁੰਦੀ ਆ, ਅਤੇ ਸਾਡੀ ਜੋ ਵੀ ਸੀਗੀ ਮਤਲਬ ਉਹ ਪੂਰੀ ਹੋਈ ਆ। ਠੀਕ ਆ। ਕੋਈ ਹੋਰ ਸੁਝਾਅ ਦੇਣਾ ਚਾਹੁੰਦੇ ਹੋ ਬਾਈ ਜੀ? ਸੁਝਾਅ ਬਸ ਇਹੀ ਹੈ ਵੀ ਗੁਰੂ ਘਰ ਨਾਲ ਜੁੜੋ ਅਤੇ ਵੱਧ ਤੋਂ ਵੱਧ ਸੰਗਤ ਪਹੁੰਚੋ ਉਰੇ। ਠੀਕ ਆ ਬਾਈ ਜੀ। ਹਾਂਜੀ, ਧੰਨਵਾਦ। ਠੀਕ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਕਿਹੜਾ ਪਿੰਡ ਆਪ ਜੀ ਦਾ? ਕਰਤਾਰਪੁਰ ਪਿੰਡ ਹੈ ਜੀ। ਕਰਤਾਰਪੁਰ? ਹਾਂਜੀ। ਅਤੇ ਆਪ ਜੀ ਇੱਥੇ ਹਾਜ਼ਰੀ ਭਰਨ ਆਉਂਦੇ ਹੋ? ਹਾਂਜੀ ਹਾਂ, ਹਾਜ਼ਰੀ ਭਰਨ। ਬਾਈ ਜੀ, ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਜਾਂ ਗੁਰੂ ਕੇ ਲੰਗਰ 'ਚ ਜਾਂ ਕੋਈ ਰਹਿਣ ਸਹਿਣ ਕੋਈ ਘਾਟ ਤਾਂ ਨਹੀਂ ਤੁਹਾਨੂੰ ਮਹਿਸੂਸ ਹੁੰਦੀ? ਬਿਲਕੁਲ ਨਹੀਂ ਮਹਿਸੂਸ ਹੁੰਦੀ ਜੀ। ਕੋਈ ਜੇ ਕੋਈ ਕਮੀ ਲੱਗਦੀ ਆ ਤੁਸੀਂ ਦੱਸ ਸਕਦੇ ਹੋ? ਨਹੀਂ ਜੀ, ਬਿਲਕੁਲ ਕੋਈ ਕਮੀ ਨਹੀਂ। ਕੋਈ ਲੰਗਰ ਪਾਣੀ 'ਚ ਜਾਂ ਕਿਸੇ ਹੋਰ ਚੀਜ਼ 'ਚ? ਨਹੀਂ ਜੀ, ਬਿਲਕੁਲ ਕੋਈ ਹੈ ਨਹੀਂ। ਕੋਈ ਪ੍ਰਬੰਧਕ ਜਾਂ ਸੇਵਾਦਾਰ ਵੱਲੋਂ ਕੋਈ ਅਣਗਹਿਲੀ ਕਰਦਾ ਹੋਵੇ? ਨਹੀਂ ਜੀ, ਨਹੀਂ, ਅਸੀਂ ਤਾਂ ਕੋਈ ਦੇਖਿਆ ਨਹੀਂ ਹੈ ਜੀ। ਆਪ ਜੀ ਦੀ ਕਹਿਵੀਂ ਹਾਜ਼ਰੀ ਆ ਜੀ? ਇਹ 5ਵੀਂ ਹੈ ਜੀ। ਅਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਤੋਂ? ਅਸੀਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਗੁਰੂ ਘਰ ਨਾਲ ਜੁੜੇ ਰਹੋ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਾਹਿਬਜੀਤ ਸਿੰਘ, ਮੈਂ ਬਿਮਾਰ ਸੀ, ਚੌੜਾ ਸਾਹਿਬ ਤੋਂ ਸਾਰਾ ਕੁਛ ਠੀਕ ਹੋ ਜਾਂਦਾ, ਤੁਸੀਂ ਵੀ ਚੌੜਾ ਸਾਹਿਬ ਆਇਆ ਕਰੋ। ਮੈਂ ਬਹੁਤ ਦਵਾਈਆਂ ਖਾਧੀਆਂ ਨੇ ਪਰ ਦਵਾਈਆਂ ਦਾ ਤਾਂ ਆਰਾਮ ਨਹੀਂ ਆਇਆ, ਚੌੜਾ ਸਾਹਿਬ ਤੋਂ ਆਇਆ। ਪੰਜ ਚੌਂਕੀਆਂ ਭਰੋ ਔਰ ਠੀਕ ਹੋ ਜਾਂਦੇ ਆ। ਤੁਸੀਂ ਠੀਕ ਹੋ ਗਏ? ਹਾਂਜੀ। ਤੁਸੀਂ ਮਹਾਰਾਜ ਤੋਂ ਮਨੋਕਾਮਨਾ ਮੰਗਦੇ ਹੋ, ਪੂਰੀਆਂ ਹੋ ਗਈਆਂ? ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਆਪ ਜੀ ਦਾ ਕਿਹੜਾ ਪਿੰਡ ਆ ਜੀ? ਮੇਰਾ ਪਿੰਡ ਨੌਟਾ, ਜ਼ਿਲ੍ਹਾ ਪਟਿਆਲਾ, ਪਾਸੋਂ ਦੇ ਨੇੜੇ ਪੈਂਦਾ। ਠੀਕ ਆ। ਅਤੇ ਆਪ ਜੀ ਇੱਥੇ ਕਿੱਦਾਂ? ਮੈਂ ਇੱਥੇ ਪਹਿਲੀ ਵਾਰ ਆਇਆ, ਦੂਜੀ ਵਾਰ ਆਇਆ। ਮੇਰੇ ਇੱਥੇ ਮੇਰੇ ਘਰਦਿਆਂ ਨਾਲ ਕਿਹਾ ਅਤੇ ਨੇੜੇ ਉਹਨਾਂ ਨੂੰ ਪੁੱਛਿਆ ਸੀਗਾ ਵੀ ਇੱਥੇ ਘਰ ਦੇ ਬਹੁਤ ਹੈਲਪ ਆਉਂਦੀ ਆ, ਬੜੇ ਦੁੱਖ ਟੁੱਟਦੇ ਨੇ ਇੱਥੇ। ਅਤੇ ਆਪ ਜੀ ਨੂੰ ਇੱਥੇ ਕੋਈ ਰਹਿਣ 'ਚ ਕੋਈ ਖਾਣੇ ਰਹਿਣ 'ਚ ਕੋਈ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਪ੍ਰੋਗਰਾਮ ਹੈ ਰਹਿਣ ਦਾ, ਕੋਈ ਇੱਥੇ ਕੋਈ ਦਿੱਕਤ ਕਿਸੇ ਨੂੰ ਆਉਂਦੀ ਨਹੀਂ। ਇਹ ਕਈ ਮਤਲਬ ਉਹ ਕਿਹਾ ਜਾਂਦਾ ਵੀ ਲੰਗਰ 'ਚ ਲੰਗਰ ਨਹੀਂ ਬਣਦਾ ਜੀ, ਇੱਥੇ ਵਧੀਆ ਆਹ ਨਹੀਂ ਜੀ ਬਣਦਾ ਜਾਂ ਹੋਰ ਨਹੀਂ ਬਣਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇੱਦਾਂ ਵਿਰੋਧੀ ਇੱਧਰ ਕਹਿੰਦੇ ਨੇ ਵੀ ਲੰਗਰ ਬਹੁਤ ਵਧੀਆ ਲੰਗਰ ਬਣਦਾ, ਬੜਾ ਵਧੀਆ ਲੰਗਰ ਹੁੰਦਾ ਸਵੇਰੇ ਵੀ ਸ਼ਾਮ ਨੂੰ, ਲੰਗਰ ਦੀ ਕੋਈ ਦਿੱਕਤ ਨਹੀਂ ਕਿਸੇ ਸੰਗਤ ਨੂੰ। ਅਤੇ ਕੋਈ ਰਹਿਣ ਬਹਿਣ 'ਚ ਰਹਿਣ ਦੀ ਕੋਈ ਦਿੱਕਤ ਨਹੀਂ ਆਉਂਦੀ ਸੰਗਤ ਨੂੰ? ਜਿਹੜਾ ਕੋਈ ਹੋਰ ਘਾਟ ਮਹਿਸੂਸ ਹੋਵੇ ਇੱਥੇ? ਕੋਈ ਅੱਜ ਤੋਂ ਤਾਂ ਕੋਈ ਘਾਟ ਦਿਖੀ ਨਹੀਂ, ਮੈਨੂੰ 2 ਵਾਰੀ ਆਉਂਦੇ ਨੇ, ਕੋਈ ਘਾਟ ਮੈਨੂੰ ਤਾਂ ਲੱਗੀ ਨਹੀਂ ਇੱਥੇ। ਅਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਾਈ? ਸੰਗਤ ਨੂੰ ਕਹਿੰਦਾ ਵੀ ਆਓ, ਇੱਥੇ ਦੁੱਖ ਟੁੱਟਦੇ ਨੇ, ਇੱਥੇ ਗੁਰੂ ਘਰ ਦੇ ਨਾਲ ਜੁੜੋ, ਗੁਰੂ ਘਰ ਦੇ ਨਾਲ ਜੁੜ ਕੇ ਆਪਣੇ ਦੁੱਖ ਤੋੜੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਜੀ? ਅਸੀਂ ਲੁਧਿਆਣੇ ਤੋਂ ਆਏ ਜੀ। ਲੁਧਿਆਣੇ ਮੰਨਾ ਸਿੰਘ ਨਗਰ। ਆਪ ਜੀ ਪਹਿਲਾਂ ਵੀ ਆਏ ਹੋ, ਫਸਟ ਟਾਈਮ ਆਏ ਹੋ? ਨਹੀਂ ਜੀ, ਪਹਿਲੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਦਰਸ਼ਨ ਦੀਦਾਰੇ ਕੀਤੇ ਨੇ ਜੀ, ਕਾਫੀ ਸਮਾਂ ਪਹਿਲੇ। ਠੀਕ ਹੈ ਜੀ। ਹਾਂਜੀ। ਅਤੇ ਆਪ ਜੀ ਚੋ ਹਾਜ਼ਰੀਆਂ ਭਰ ਰਹੇ ਕਿ ਵੈਸੇ ਹੀ ਆਏ ਹੋ? ਨਹੀਂ ਜੀ, ਹਾਜ਼ਰੀਆਂ ਭਰ ਰਹੇ ਜੀ ਇੱਥੇ ਜੀ। ਹਾਜ਼ਰੀਆਂ ਭਰ ਰਹੇ? ਇੱਥੇ 6 ਹਾਜ਼ਰੀਆਂ ਭਰਨੀਆਂ ਹੁੰਦੀਆਂ ਜੀ। ਕਿਹਵੀਂ ਹਾਜ਼ਰੀਆਂ ਬਾਈ ਜੀ ਇਹ? ਸਾਡੀ 5ਵੀਂ ਹਾਜ਼ਰੀ ਹੈ ਜੀ। 5ਵੀਂ ਹਾਜ਼ਰੀ? ਹਾਂਜੀ। ਨਹੀਂ ਜੀ, ਨਹੀਂ, ਬਹੁਤ ਸੋਹਣਾ ਪ੍ਰਬੰਧ ਹੈ ਜੀ ਇੱਥੇ ਦੇ ਪ੍ਰਬੰਧਕਾਂ ਵੱਲੋਂ,
ਅਤੇ ਸੰਗਤ ਬੜੇ ਵਧੀਆ ਆਨੰਦਮਈ ਤਰੀਕੇ ਨਾਲ ਇੱਥੇ ਆ ਕੇ ਦਰਸ਼ਨ ਦੀਦਾਰੇ ਕਰਦੀ ਹੈ। ਕੋਈ ਰੋਕ ਟੋਕ ਨਹੀਂ, ਬਲਕਿ ਲੰਗਰ ਪਾਣੀ 'ਚ ਕੋਈ ਰਹਿਣ ਸਹਿਣ 'ਚ ਨਹੀਂ ਜੀ, ਬਹੁਤ ਸੋਹਣਾ ਪ੍ਰਬੰਧ ਹੈ ਜੀ ਇੱਥੇ ਪ੍ਰਬੰਧਕਾਂ ਵੱਲੋਂ, ਅਤੇ ਸਾਨੂੰ ਕੋਈ ਦਿੱਕਤ ਨਹੀਂ ਆਈ ਹੈ ਅਸੀਂ। ਕਿਉਂਕਿ ਆਮ ਖਾਸ ਨਾ ਸੰਗਤ ਦਾ ਕਈ ਸੰਗਤਾਂ ਦਾ ਇਹ ਕਹਿਣਾ ਹੁੰਦਾ ਜੀ ਇੱਥੇ ਪ੍ਰਬੰਧਕ ਨਹੀਂ ਵਧੀਆ, ਇੱਥੇ ਆਹ ਨਹੀਂ। ਕਿਉਂਕਿ ਆਪਾਂ ਦੇਖੋ ਜੇ ਆਪਾਂ ਘਰੇ ਰੋਜ਼ ਪੈਂਦੇ ਹਾਂ, ਉਹ ਘਰੇ ਪੈਣ ਵਾਲੀ ਗੱਲ ਅਤੇ ਹਾਜ਼ਰੀਆਂ ਭਰਨ ਵਾਲੀ ਗੱਲ 'ਚ ਫਰਕ ਹੁੰਦਾ, ਠੀਕ ਹੈ ਨਹੀਂ। ਜੇ ਕਿਸੇ ਸਿਸਟਮ 'ਚ ਫਰਕ ਆ ਤਾਂ ਸਾਨੂੰ ਦੱਸਿਆ ਜਾਵੇ, ਕਿਉਂਕਿ ਪ੍ਰਬੰਧਕ ਸਾਡੇ ਨੇੜਿਓਂ ਨਹੀਂ ਹੈਗੇ। ਸਾਨੂੰ ਦੱਸੋਗੇ ਤਾਂ ਤੁਹਾਡੇ ਅਸੀਂ ਇੰਟਰਵਿਊ ਜ਼ਰੀਏ ਸੰਗਤ ਤੱਕ ਮੈਸੇਜ ਪਹੁੰਚਾਉਂਗੇ। ਐਸਾ ਹੈ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਪ੍ਰਬੰਧ ਨੇ। ਬਾਕੀ ਗੁਰੂ ਘਰ ਆ ਕੇ ਗੁਰੂ ਦੀ ਸੰਗਤ ਦੇ ਤਰੀਕੇ ਨਾਲ ਹੀ ਰਹਿਣਾ ਪੈਂਦਾ, ਘਰ ਦੇ ਤਰੀਕੇ ਨਾਲ ਤਰਿਆ ਨਹੀਂ ਜਾ ਸਕਦਾ ਜਿਵੇਂ ਸੰਗਤ ਰਹਿੰਦੀ ਸਾਰੀ। ਅਤੇ ਸੰਗਤਾਂ ਦੇ ਪ੍ਰਤੀ ਅਸੀਂ ਆਸੀ ਵੀ ਰਹੇ ਹਾਂ, ਅਤੇ ਅਸੀਂ ਸੰਗਤਾਂ ਤੋਂ ਵੀ ਕਦੀ ਕੋਈ ਲਾਮਾ ਨਹੀਂ ਸੁਣਿਆ ਰਹਿੰਦੇ ਵਕਤ। ਅਤੇ ਬਾਕੀ ਸਾਰੀ ਸੰਗਤ ਬੜੀ ਵਧੀਆ ਤਰੀਕੇ ਨਾਲ ਆਉਂਦੀ ਹੈ, ਦਰਸ਼ਨ ਦੀਦਾਰੇ ਕਰਦੀ ਹੈ। ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਮਹਾਰਾਜ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰੋ, ਬਰਕਤਾਂ ਹੈਗੀਆਂ ਇੱਥੇ, ਬਹੁਤ ਬਰਕਤਾਂ ਗੁਰੂ ਸਾਹਿਬ ਦੀਆਂ। ਆਓ ਦਰਸ਼ਨ ਕਰੋ ਅਤੇ ਲਾਹ ਖੱਟੋ। ਬਾਈ ਜੀ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਕਿਹੜੇ ਪਿੰਡ ਤੋਂ ਆਏ? ਇਸੇ ਵਾਰ ਤੋਂ ਆਇਆ ਜੀ, ਜ਼ਿਲ੍ਹਾ ਲੁਧਿਆਣਾ। ਅੱਛਾ, ਇਸੇ ਵਾਰ ਤੋਂ ਆਏ? ਹਾਂਜੀ। ਨਹੀਂ, ਸਾਨੂੰ ਪਤਾ ਲੱਗਿਆ ਜੀ, ਕਹਿੰਦੇ ਵੀ ਗੁਰੂ ਸਾਹਿਬ ਦੇ ਇੱਥੇ ਚਰਨ ਪਏ ਹੋਏ ਆ, ਗੁਰੂ ਸਾਹਿਬ ਆਏ ਆ ਇੱਥੇ, ਉਹਨਾਂ ਦੇ ਚੋਲਾ ਸਾਹਿਬ ਪਏ ਆ, ਪੋਥੀ ਸਾਹਿਬ ਪਏ ਆ, ਜੋੜਾ ਸਾਹਿਬ ਪਏ ਆ, ਅਤੇ ਉਹਨਾਂ ਦੇ ਦਰਸ਼ਨ ਕਰੋ ਅਤੇ ਆਪਣੇ ਦੁੱਖ ਕੱਟੋ। ਅਤੇ ਕੋਈ ਪ੍ਰੋਬਲਮ ਕਰਕੇ ਆਇਆ? ਹਾਂਜੀ, ਹਾਂਜੀ, ਸਰੀਰਕ ਪ੍ਰੋਬਲਮ ਡਾਕਟਰ ਸਾਹਿਬ ਨੇ ਕਿਹਾ ਸੀਗਾ ਵੀ ਤੇਰੇ ਭਾਈ ਪੇਟ 'ਚ ਗੱਠ ਆ। ਅੱਛਾ ਜੀ, ਉਹਦੇ ਕਰਕੇ ਅਸੀਂ ਇੱਥੇ ਪਹੁੰਚੇ ਹਾਂ ਜੀ। ਹਾਂਜੀ, ਹਾਂ, ਜੋ ਜਿਹੜੀਆਂ ਬੇਨਤੀਆਂ ਕੀਤੀਆਂ ਮਹਾਰਾਜ ਜੀ, ਸੱਚਾ ਜੀ, ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।